गिरफ्तार करो, गिरफ्तार करो, गिरफ्तार करो। दीप मार्टिना जी अमर है, अमर है, अमर है। दीप मार्टिना जी अमर है, अमर है, अमर है। दीप मार्टिना के सम्मान में बीएसपी मैदान में, दीप मार्टिना के सम्मान में बीएसपी मैदान में। वक्त बदल दो, ताज बदल दो, मेरी मानना राज बदल दो। वक्त बदल दो, ताज बदल दो, मकसद की जी आप होशियारपुर से गेड़ा लाना, दुकाना देखनी, दुकाना बंद करानी, या कोई आप जलंधर जाना, या और कोई मकसद आई है? बंदे किन्ने फटने, किदा फटने? कोई होशियारपुर के किसी बनिया के दुकान तो थोड़ी कट के लाना बंदा? हम तुम चलो होशियारपुर बंद करा लो, मैं होशियारपुर चल रहा। इधर रहोगे, सपोर्ट करोगे, सारे सियाने आए तो सारे ने तो यही बार बार करते थे कल कि जे हम ठेकेदार साहब सारे मैं जो गल करनी थी कल भी आप जो शाम कह दें शाम जो कह दें एक मिनट भाई साहब के क्लीयर कर दिए जब उन्होंने साहब के क्लीयर कर दिए जो कट्ठे थे एस पी डी साहब कहते भी दो दिन दे दो सारे बंद कले खड़े थे फिर जो कहता भी आ कहना भी जो गैप बच्चे पैसे इदा सारे ने कहता जी कल कर दें तो शाम तक भी कह देंगे भी आप डुब दिए तो सारे आप मैसेज पा गए आप कह दें हूँ खड़े पैर की हो गया भी सारे पॉइंट जिदा हम रिश्वत ग्राउंड आ गए तो अद्धे उत्थे आ गए मैं जो गल की तुम्हें भी सरकार जो फंडा पूछी आप सारे ने यही गल लिया जी कि दो दो चार घंटे दो घंटे तीन घर बंद करो आप ही करो भाई इतने बैठे आप नहीं जाते मेरी गल एक गल शाम तक टाइम फड़ लैने पांच बजे तक परिवार ने टाइम दिता फिर परसों पांच बजे कल बारह बजे तक का टाइम दिता कल एस पी साहब फिर चौबीस घंटे का मेरी गल बार बार टाइम भावनावां जिहड़ियां हां उसको वकील हो बिल्कुल सर ਤੁਹਾਡੇ ਤੋਂ ਜ਼ਿਆਦਾ ਤੋਂ ਨਹੀਂ ਜਾਣਦਾ ਬੰਦਾ ਕਿ ਬੰਦਾ ਕਿੱਦਾਂ ਫੜਿਆ ਜਾਂਦਾ ਬੰਦਾ ਕਿੱਦਾਂ ਜਿਹੜੇ ਬੰਦੇ ਨੇ ਮਰਡਰ ਕੀਤਾ ਉਹ ਵੱਜਦਾ ਉਹਦੇ ਪੁਲਿਸ ਪਿੱਛੇ ਪੁਲਿਸ ਨੂੰ ਟਰੇਸ ਕਰਨ ਦੇ ਜੋੜ ਲਾਉਂਦੀ ਬੰਦਾ ਮੌਕੇ 'ਤੇ ਫੜਿਆ ਜਾਂਦਾ ਬੰਦਾ ਨਾਲ ਦੇ ਨਾਲ ਦੋ ਦਿਨ 'ਚ ਫੜਿਆ ਜਾਂਦਾ ਦਿਨ 'ਚ ਫੜਿਆ ਜਾਂਦਾ ਪੰਜ ਦਿਨ ਲੱਗ ਜਾਂਦੇ ਮਹੀਨੇ 'ਚ ਵੀ ਕੇਸ ਟਰੇਸ ਨਹੀਂ ਹੁੰਦੇ ਅਨਟਰੇਸ ਵੀ ਕੇਸ ਬੰਦੇ ਹੈਗੇ ਮੇਰੀ ਗੱਲ ਸੰਸਕਾਰ ਵੀ ਕਰਨਾ ਚਾਹੁੰਦੇ ਨੇ ਉਹ ਗੱਲ ਸੰਸਕਾਰ ਦੀ ਗੱਲ ਇੱਕ ਮਿੰਟ ਗੱਲ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਸੁਨੇਹਾ ਲਾ ਇਹ ਬਾਤ ਸਾਰੇ ਪ੍ਰਧਾਨ ਹੋ ਨਾ ਤੁਸੀਂ ਪਹਿਲੀ ਵਾਰ ਉਸ ਸੁਨੇਹਾ ਲਾਇਆ ਨਹੀਂ ਪਹਿਲੀ ਵਾਰ ਬੰਦੇ ਇਕੱਠੇ ਹੁੰਦੇ ਨੇ ਅਤੇ ਪਹਿਲੀ ਵਾਰ ਜਿਹੜਾ ਹੈਗਾ ਤੁਸੀਂ ਵਾਪਸ ਧਰਨਾ ਕਾਲ ਆਫ ਨਹੀਂ ਕਰਨ ਲੱਗੇ ਠੀਕ ਹੈ ਜੀ ਜਿਹੜੇ ਤੁਹਾਡੇ ਬੰਦੇ ਹੈਗੇ ਇੱਕ ਵਟਸਐਪ 'ਤੇ ਮੈਸੇਜ ਪਾਉਣ ਨਾਲ ਉੱਠ ਜਾਂਦੇ ਹੈਗੇ ਅਤੇ ਇੱਕ ਮੈਸੇਜ 'ਤੇ ਵਟਸਐਪ ਪਾਉਣ ਨਾਲ ਬੈਠ ਜਾਂਦੇ ਹੈਗੇ ਤੁਸੀਂ ਕਹੋਗੇ ਕਿ ਜੇ ਆਪਾਂ ਪੁਲਿਸ ਨੂੰ ਸਪੋਰਟ ਕਰਨਾ ਤਾਂ ਆਪਾਂ ਇੱਥੇ ਬੈਠਣਾ ਤੁਸੀਂ ਪ੍ਰੈਸ਼ਰ ਕਿੱਥੇ ਬਣਾਉਣਾ ਮੇਰੇ 'ਤੇ ਬਣਾਉਣਾ ਨਾ ਜੀ ਕਿੱਥੇ ਬਣਾਉਣਾ ਪ੍ਰੈਸ਼ਰ ਕਿਹਨੇ ਫੜਨਾ ਬੰਦਾ ਮੇਰੇ 'ਤੇ ਫੜਨਾ या होशियारपुर बंद करा के आप कोई सिंबोलिक कुछ करना चाहते हैं कि जी अस होशियारपुर देखो बंद रह गया जी बंदे नहीं फड़े गए वो तो बंदे नहीं फड़े गए इसी करके तुसी प्रोटेस्ट कर रहे हो नहीं मैं करो तुसी बंद करा दो होशियारपुर मैसेज जाएगा
ਮੈਂ ਕਹਾਂਗੇ ਜੀ ਮੈਂ ਬੰਦੇ ਨਹੀਂ ਫੜੇ ਇਸ ਤਰ੍ਹਾਂ ਚਾਰ ਕੋਲ ਬੰਦ ਕਰ ਦਿਓ ਆ ਕਹਿੰਦੇ ਰੋਸ ਹੋ ਗਿਆ ਨਹੀਂ ਗੱਲ ਸੁਣੋ ਛੋਟੀ ਉਹ ਗੱਲ ਸੁਣੋ ਰੋਸ ਬੰਦੇ ਤੋਂ ਇੱਥੇ ਆਏ ਹੈਗੇ 200-300 ਰੋਸ ਤੋਂ 10,000 ਬੰਦਿਆਂ ਨੇ ਮਰ ਚੁੱਕਾ ਹਰ ਬੰਦਾ ਨਹੀਂ ਠੀਕ ਹੈ ਕਿ ਨਹੀਂ ਰੋਸ ਤੋਂ ਹਰ ਬੰਦੇ ਦੇ ਮਰ ਚੁੱਕੇ ਅਤੇ ਇੱਥੇ ਤੁਸੀਂ ਬੈਠੋਗੇ ਤੋਂ ਵੀ ਬੰਦੇ ਮੈਂ ਫੜਾਂਗਾ ਤੁਸੀਂ ਹੁਸ਼ਿਆਰਪੁਰ ਜਾਓਗੇ ਤੋਂ ਵੀ ਬੰਦੇ ਮੈਂ ਫੜਾਂਗਾ ਤੁਸੀਂ 5 ਦਿਨ ਬੰਦ ਰੱਖ ਲਓਗੇ ਤੋਂ ਵੀ ਨਹੀਂ ਫੜਨੇ ਪੈਣਗੇ ਤੁਸੀਂ ਧਰਨਾ ਚੱਕ ਕੇ ਚਲੇ ਜਾਓਗੇ ਸੰਸਕਾਰ ਕਰ ਦੋਗੇ ਤੋਂ ਵੀ ਬੰਦੇ ਨਹੀਂ ਫੜਨੇ ਸਮਝ ਨਹੀਂ ਕਰਦੇ ਉਸ ਤੋਂ ਇਲਾਵਾ ਕੋਈ ਇੱਦਾਂ ਤਾਂ ਨਹੀਂ ਹੈਗਾ ਕਿ ਤੁਸੀਂ ਹੁਸ਼ਿਆਰਪੁਰ ਬੰਦ ਕਰੋਗੇ ਜਿੱਥੇ 1 ਮਿੰਟ ਚੱਲਦਾ ਕਿ 5 SSP ਆ ਜਾਣਗੇ ਇੱਥੇ ਇੱਦਾਂ ਤਾਂ ਕੁਛ ਨਹੀਂ ਹੋਣ ਵਾਲਾ ਬੰਦੇ ਤਾਂ ਅਸੀਂ ਫੜਨੇ ਅਤੇ ਤੁਸੀਂ ਕੇਵਲ ਮੇਰੀ ਐਨਰਜੀ ਅਤੇ ਮੇਰਾ ਟਾਈਮ ਜਿਹੜਾ ਹੈਗਾ ਉਹਨੂੰ ਡਾਈਵਰਟ ਕਰੋਗੇ ਮੈਂ ਤੁਹਾਡੇ ਨਾਲ ਗੱਲ ਕਰਨੀ ਤੁਹਾਨੂੰ ਮਨਾਉਣਾ ਵਿਆਪਾਰੀਆਂ ਨਾਲ ਗੱਲ ਕਰਨੀ ਕਿਸੇ ਵਿਆਪਾਰੀ ਨੇ ਪਟਸ ਦਾ ਬੋਲਤਾ ਤੁਹਾਡੇ ਬੰਦੇ ਨੇ ਪਟਸ ਦਾ ਬੋਲਤਾ ਕਿਸੇ ਨੇ ਡਾਂਗ ਉਸ ਦਿਨ ਵੀ ਸੀਗੇ ਤੁਹਾਡੇ ਨਾਲ ਹੀ ਬੰਦੇ ਸੀਗੇ ਜਿਹੜੇ ਡਾਂਗ ਸੋਟੇ ਲੈ ਕੇ ਚੱਲ ਰਹੇ ਸੀਗੇ ਅਤੇ ਆਈ ਕੈਨ ਨੋਟ ਅਲਾਊ ਕਿ ਵੀ ਜੇ ਡਾਂਗ ਸੋਟਾ ਲੈ ਕੇ ਬੰਦਾ ਚਲਾ ਜਾਏ ਅਤੇ ਫਿਰ ਜਦੋਂ ਉੱਥੇ ਹੋ ਗਿਆ ਹੁਣ ਤੋਂ ਤੁਸੀਂ ਬੰਦੇ ਫੜਾਉਣ ਵਾਸਤੇ ਅਤੇ ਫੈਮਿਲੀ ਹੈਗੀ ਵਿਕਟਿਮ ਜਦੋਂ ਤੁਹਾਡੇ ਬੰਦੇ ਨੇ ਸ਼ਰਾਰਤ ਕਰਤੀ ਅਤੇ ਤੁਸੀਂ ਵੀ ਇੱਕ ਦੂਸਰੇ ਕੇਸ 'ਚ ਅਕਿਊਜ਼ ਹੋ ਜਾਓ ਕਿ ਜੀ ਸਾਡੇ ਬੰਦੇ ਵੀ ਗਲਤੀ 'ਤੇ ਹੈਗੇ ਸਮਝੇ ਨਹੀਂ ਗੱਲ ਹੁਣ ਆਪਾਂ ਬੰਦੇ ਫੜਨ ਦੀ ਹੈਲਪ ਕਰਨੀ ਜਾਂ ਵਜਾਉਣ ਦੀ ਹੈਲਪ ਕਰਨੀ ਵਜਾਉਣ ਦੀ ਹੈਲਪ ਕਰਨੀ ਚਲੋ ਬੰਦ ਕਰਾਓ ਮੈਂ ਵੀ ਤੁਹਾਡੇ ਨਾਲ ਚਲੂੰ ਫੜਨ ਦੀ ਹੈਲਪ ਕਰਨੀ ਤਾਂ ਮੈਨੂੰ ਫ੍ਰੀ ਕਰੋ ਤਾਂ ਮੈਂ ਕੰਮ ਕਰਾਂ ਅੱਜ ਚੀਨਾ ਜੀ ਦਾ 3 ਦਿਨ ਪਹਿਲਾਂ ਕਤਲ ਹੋਇਆ ਜੀ ਕਿਸ ਨਜ਼ਰ ਨਾਲ ਦੇਖਦੇ ਆ ਜੀ ਇਹਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਭੀਮ ਜੈ ਭਾਰ ਬੜਿਆ ਅਨਫੋਰਚੁਨੇਟ ਈਵੈਂਟ ਹੋਇਆ ਹੈਗਾ ਇੰਸੀਡੈਂਸ ਹੋਇਆ ਹੈਗਾ ਇਹ ਇੱਕ ਸਾਡੇ ਲਈ ਉਹ ਸਰਪੰਚ ਨਹੀਂ ਸੀਗੇ ਸਾਡੇ ਭਰਾ ਸੀਗੇ ਇੱਕ ਕੌਮ ਦੇ ਹੀਰੇ ਸੀਗੇ ਉਹ ਜਿਹੜੇ ਕਿ ਹਮੇਸ਼ਾ ਹੀ ਹਰ ਵੇਲੇ ਲੋਕਾਂ ਦੀ ਖਾਸ ਕਰਕੇ ਆਪਣੇ ਸਮਾਜ ਦੇ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੇ ਸੀ ਚਾਹੇ ਕੋਈ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਹੋਵੇ ਚਾਹੇ ਬੱਚਿਆਂ ਦੀ ਬਿਮਾਰੀ ਦਾ ਖਰਚਾ ਹੋਵੇ ਅਤੇ ਬੜੇ ਖੁਸ਼ ਮਿਜ਼ਾਜ ਮਿਲਣਸਾਰ ਸੀਗੇ ਅਜੇ ਹਾਲਾਂਕਿ ਵਾਰਦਾਤ ਤੋਂ 2 ਦਿਨ ਪਹਿਲਾਂ ਹੀ ਉੱਥੇ ਭਾਗੋ ਅਲਫੋਕ ਸੀ ਉੱਥੇ ਸਾਡੀ ਉਹਨਾਂ ਨਾਲ ਮੁਲਾਕਾਤ ਹੋਈ ਅਤੇ ਇਕੱਠਿਆਂ ਨੇ ਖਾਣਾ ਖਾਧਾ ਪਰ ਜੋ ਹੋਇਆ ਉਹ ਬੜੀ ਮੰਦਭਾਗੀ ਹੈ ਬੜੀ ਮਾੜੀ ਗੱਲ ਹੈਗੀ ਹੈ ਅਤੇ ਸਾਨੂੰ ਸਾਡੇ ਪਰਿਵਾਰ ਨੂੰ ਸਾਡੇ ਹਲਕੇ ਨੂੰ ਪੂਰਾ ਬੜੀ ਸ਼ੋਕ ਦੀ ਇਹ ਲਹਿਰ ਗਈ ਹੋਈ ਬੜੀ ਮਾਯੂਸੀ ਹੈਗੀ ਪੂਰੇ ਹਲਕੇ 'ਚ ਏਰੀਏ 'ਚ ਇਸ ਤਰੀਕੇ ਨਾਲ ਜਾਣਾ ਉਹ ਬੜੀ ਮਾੜੀ ਗੱਲ ਹੈ ਡਾਕਟਰ ਸਾਹਿਬ ਗੱਲ ਹਲਕੇ ਦੀ ਹੋਈ ਹੈ ਜੀ ਜੀ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਔਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਦੀ ਕਿਤੇ ਕਤਲ ਹੋ ਜਾਂਦਾ ਕਦੀ ਕਤਲ ਹੋ ਜਾਂਦਾ ਕਦੀ ਕਿਤੇ ਕਤਲ ਹੋ ਜਾਂਦਾ ਔਰ ਸ਼ਾਮ ਚੁਰਾਸੀ ਹਲਕੇ ਦੇ ਵਿੱਚ ਪਿਛਲੇ 4 ਮਹੀਨੇ ਦੇ 4-5 ਮਹੀਨੇ 'ਚ ਦੂਜਾ ਕਤਲ ਹੈ ਔਰ ਦੋਨੇ ਮਾਮਲਿਆਂ ਦੇ ਵਿੱਚ ਸਰਪੰਚ ਟਾਰਗੇਟ ਕੀਤੇ ਗਏ ਹੈ ਜੀ ਜੀ ਲਾਅ ਐਂਡ ਆਰਡਰ ਦਾ ਗ੍ਰਾਫ ਪੰਜਾਬ ਦੇ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ ਨਜਾਇਜ਼ ਅਸਲਾ ਪਹਿਲਾਂ ਵੀ ਉਹ ਸਾਡੇ ਮਿਗੋਲ ਗੰਜੀਆਂ 'ਚ ਉੱਥੇ ਸਰਪੰਚ ਸਾਹਿਬ ਅੰਖੀ ਹੋਣੀ ਸੀ ਉਹਨਾਂ ਦਾ ਵੀ ਇਸ ਤਰ੍ਹਾਂ ਹੀ ਹੋ ਗਿਆ ਅਤੇ ਸਰਕਾਰ ਪੂਰੀ ਅਲਰਟ ਨੇ ਪ੍ਰਸ਼ਾਸਨ ਨੇ ਪੂਰੀ ਹਦਾਇਤਾਂ ਸਾਡੇ ਵੱਲੋਂ ਪੂਰੀ ਕੀ ਕਹਿੰਦੇ ਐਡਵਾਈਜ਼ਰੀ ਜਾਰੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਇੱਦਾਂ ਦੀ ਕਿਤੇ ਵੀ ਕੋਈ ਸਾਨੂੰ ਲੱਗਦਾ ਕਿ ਕੋਈ ਗਲਤ ਬੰਦਾ ਜਾਂ ਕੋਈ ਇਸ ਤਰ੍ਹਾਂ ਦਾ ਇੰਡੀਵਿਜੁਅਲ ਹੈਗਾ ਤਾਂ ਉਹਦੇ ਨੂੰ ਫੜ ਕੇ ਪੂਰੀ ਉਹਨੂੰ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਸੇ ਨੂੰ ਵੀ ਕਿਸੇ ਦੀ ਸਾਡੇ ਵੱਲੋਂ ਕਿਸੇ ਵਾਸਤੇ ਕੋਈ ਸਿਫਾਰਿਸ਼ ਨਹੀਂ ਹੈਗੀ ਪੂਰਾ ਡਿਪਾਰਟਮੈਂਟਲ ਨੂੰ ਸਾਡੇ ਵੱਲੋਂ ਹਦਾਇਤ ਹੈਗੀ ਸਖ਼ਤ ਹਦਾਇਤਾਂ ਹੈਗੀਆਂ ਨੂੰ ਜਿਹੜਾ ਏਰੀਆ ਹੈਗਾ ਸਾਡਾ ਸ਼ਾਮਦਰ ਸਾਹਿਬ ਬਲਕਿ ਪੂਰੇ ਪੰਜਾਬ ਦਾ ਸਾਡੇ ਮਾਨ ਸਾਹਿਬ ਵੱਲੋਂ CM ਸਾਹਿਬ ਵੱਲੋਂ ਵੀ ਸਾਡੇ DGP ਸਾਹਿਬ ਵੱਲੋਂ ਵੀ ਇਹੀ ਸਾਰੇ ਡਿਪਾਰਟਮੈਂਟ ਨੂੰ ਇਹ ਹਦਾਇਤ ਹੈ ਕਿ ਮਤਲਬ ਕਿ ਇਹਨੂੰ ਪੂਰਾ ਬਰੀਫ ਕਰਕੇ ਡੇਲੀ ਬੇਸ ਟੂ ਬੇਸ ਕਰਕੇ ਅਤੇ ਇਹਨੂੰ ਕਿਸੇ ਤਰ੍ਹਾਂ ਦਾ ਵੀ ਲਾਅ ਐਂਡ ਆਰਡਰ ਨੂੰ ਕੋਈ ਖਰਾਬੀ ਕੋਈ ਆਪਣੇ ਹੱਥ 'ਚ ਨਾ ਲਵੇ ਜੀ